दुख की गल है कि अज पंजाब दे जिहड़े हालात जिस तरह के बनते जा रहे ने, खास करके अमन कानून नूं लैके नित दिहाड़े नौजवानों दीआं लाशां जिहड़ियां ने ਉਹ ਧਰਤੀ ਦੇ ਉੱਤੇ ਵਿਛ ਰਹੀਆਂ ਨੇ। ਨੌਜਵਾਨਾਂ ਨੂੰ ਸ਼ਰੇਆਮ ਗੋਲੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ। ਅੱਜ ਇੱਕ ਨੌਜਵਾਨ ਆਗੂ ਵਿੱਕੀ ਮਿੱਡੂ ਖੇੜਾ, ਜਿਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਸਮੁੱਚੇ ਪੰਜਾਬ ਨੂੰ ਮਾਣ ਸੀ, ਜਿਹਦੀ ਅਗਵਾਈ ਤੇ ਜਿਹਦੀ ਸੋਚ ਤੇ ਅੱਜ ਦਾ ਯੂਥ ਜਿਹੜਾ ਫਖਰ ਕਰਦਾ ਸੀ, ਉਹਨੂੰ ਦਿਨ ਦਿਹਾੜੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕੇ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਔਰ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਤੇ ਪੰਜਾਬ ਸਰਕਾਰ ਜਿਹਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਲਾਅ ਐਂਡ ਆਰਡਰ ਨੂੰ ਸਥਾਪਿਤ ਕਰਨਾ, ਉਹ ਸੁੱਤੀ ਪਈ ਹੈ। ਔਰ ਰਾਤ ਹੀ ਅਜੇ ਇੱਕ ਘਟਨਾ ਵਾਪਰੀ ਹੈ ਪੰਜਾਬ ਦੇ ਅੰਦਰ, ਫਲੌਰ ਦੇ ਨੇੜੇ ਪਿੰਡ ਹੈਗਾ ਟੰਡਵਾੜ, ਉੱਥੋਂ ਦਾ ਯੂਥ ਆਗੂ ਹੈ ਓਂਕਾਰ ਸਿੰਘ, ਉਹਦੇ ਘਰ ਦੇ ਉੱਤੇ ਉਹਨੂੰ ਕਤਲ ਕਰਨ ਵਾਸਤੇ ਹਮਲਾ ਕੀਤਾ ਜਾਂਦਾ ਆ ਤੇ ਦਰਜਨ ਤੋਂ ਵੱਧ ਲੋਕ ਉਹਦੇ ਘਰੇ ਪਹੁੰਚਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਸਾਰੇ ਪਿੰਡ ਨੂੰ ਹਮਲਾਵਰਾਂ ਵੱਲੋਂ ਘੇਰਾ ਵੀ ਪਾਇਆ ਹੁੰਦਾ ਵੀ ਨਿਕਲ ਹੀ ਨਾ ਜਾਵੇ, ਉਹ ਕਿਸੇ ਦੇ ਘਰੇ ਵੜ ਕੇ ਜਾਣ ਬਚਾਉਂਦਾ ਔਰ ਉਹ ਬਚ ਜਾਂਦਾ ਤੇ 2 ਘੰਟੇ ਬਾਅਦ ਹਮਲਾਵਰ ਟੀਮ ਭੌਂ ਕੇ ਫਿਰ ਆਉਂਦੀ ਹੈ ਤੇ ਘਰ ਦੇ ਉੱਤੇ ਹਮਲਾ ਕਰਦੀ ਹੈ ਤੇ ਪਿੰਡ ਵਾਲੇ ਜੁਰਤ ਕਰਦੇ ਹੈ ਤੇ ਬਾਕੀ ਤੇ ਭੱਜ ਜਾਂਦੇ, ਇੱਕ ਜਣਾ ਉਹਨਾਂ 'ਚੋਂ ਕਾਬੂ ਹੁੰਦਾ, ਪੁਲਿਸ ਦੇ ਹਵਾਲੇ ਹੈ ਤੇ ਪੁਲਿਸ ਅਜੇ ਤੱਕ ਕਿਸੇ ਤਣ ਪਤਨ ਦੀ ਗੱਲ ਆ ਰਹੀ ਕਿ ਇਹਦੇ ਪਿੱਛੇ ਕਹਾਣੀ ਕੀ ਸੀਗੀ। ਪਰ ਵਿੱਕੀ ਮਿੱਡੂ ਖੇੜਾ ਵਰਗਾ ਉਹ ਨੌਜਵਾਨ ਜਿਹਨੇ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਲੜੀਆਂ ਤੇ ਪ੍ਰਧਾਨਗੀ ਕੀਤੀ ਤੇ ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨਗੀ ਕਰਨਾ ਆਪਣੇ ਆਪ 'ਚ ਉਹਦੀ ਪ੍ਰਤਿਭਾ ਦਾ, ਉਹਦੀ ਲੀਡਰਸ਼ਿਪ ਕੁਆਲਿਟੀ ਦਾ ਪਤਾ ਲੱਗਦਾ। ਅੱਜ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਬੜੇ ਚਿੰਤਾਜਨਕ ਨੇ, ਔਰ ਖਾਸ ਕਰਕੇ ਜਿਹੜੇ ਰਾਜਸੀ ਆਗੂ ਨੇ ਜਿਸ ਤਰ੍ਹਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਇਹ ਪੰਜਾਬ ਦੀ ਸਰਕਾਰ ਵਾਸਤੇ ਇੱਕ ਤਰ੍ਹਾਂ ਦਾ ਕਲੰਕ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਕੇਸਾਂ ਦੇ ਜਿਹੜੇ ਦੋਸ਼ੀ ਨੇ ਉਹ ਛੇਤੀ ਤੋਂ ਛੇਤੀ ਸਾਹਮਣੇ ਲਿਆਂਦੇ ਜਾਣ। ਪਰ ਜਿਸ ਮੁਤਲਕ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਸੀਗੀ ਉਹ ਹੈ ਕਿ ਪੰਜਾਬ ਦੇ ਅੰਦਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਘੁਟਾਲੇ ਤੇ ਘੁਟਾਲਾ, ਘਪਲੇ ਤੇ ਘਪਲਾ, ਜਿਹਦੇ ਵਿੱਚ ਕਾਂਗਰਸੀ MLA ਸਾਹਿਬਾਨ, ਕਾਂਗਰਸੀ ਮੰਤਰੀ ਸਾਹਿਬਾਨ ਔਰ ਕਾਂਗਰਸੀ ਆਗੂਆਂ ਦੇ ਜਿਹੜੇ ਪਰਿਵਾਰ ਨੇ ਉਹ ਦੂਹੂ ਦੂਹੀ ਲੱਗੇ ਹੋਏ ਨੇ ਤੇ ਲੁੱਟ ਇਸ ਕਦਰ ਮਚਾਈ ਹੋਈ ਹੈ ਕਿ ਜਿਵੇਂ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਕੋਈ ਨਹੀਂ, ਸਰਪ੍ਰਸਤੀ ਇੰਨੀ ਕੁ ਜ਼ਿਆਦਾ ਹਾਸਲ ਹੈ।